अकाली आगू की कोठी चो फड़ी गई 188 किलो तो वध हेरोइन के मामले च कांग्रेसी कौंसलर के बेटे का नाम आने तो बाद पंजाब की सियासत गरमा चुकी है। हुण आप विधायक अमन अरोड़ा ने कैप्टन अमरिंदर सिंह नूं सवाल किए ने। अरोड़ा ने कहा है कि सीएम नूं इस मामले च कांग्रेसी आगू के बेटे की शमूलियत नूं लै के पंजाब के लोगों नूं जवाब देना चाहिए। देखो मैं समझदा हाँ कि जिस तरीके दे नाल अमृतसर दे विच परसों जो 1000 करोड़ तो भी वध दी हैरोइन फड़ी गई है उहदे विच उह फड़ी गई है किसे अकाली लीडर दी कोठी दे विचों ते उस तो बाद हुण उसे केस दे विच कांग्रेसी एमसी दे मुंडे दा नाम आउणा यह स्पष्ट कर दिंदा है जो आम आदमी पार्टी बड़े लंबे समय तो कहिंदी आ रही है कि यह जिहड़ा नैक्सस फैलिया है घर घर पंजाब दे विच नशा पहुंचिया है जिहड़ा ड्रग माफिया बनिया है यह अकालियां कांग्रेसियां लीडरां दीआं शहां तों बिना नहीं बनिया हैगा। यह जिहड़ा नैक्सस पिछली अकाली सरकार दे समय शुरू होया सीगा लीडर पुलिस और माफिया दा जिहड़ा एक ग्रुप बनिया सीगा उहदे उपर हुण कांग्रेसियां ने कब्जा कर लिया जापदा। मैं समझदा कि कैप्टन अमरिंदर सिंह लई बहुत वड्डे सवाल खड़े करदा ते उहनां नूं जवाब देना चाहीदा है। ਜ਼ਿਕਰਯੋਗ ਹੈ ਕਿ 29 ਜਨਵਰੀ ਨੂੰ ਮੋਹਾਲੀ ਤੋਂ ਐਸਟੀਐਫ ਦੇ ਵੱਲੋਂ 6 ਕਿਲੋ ਹੈਰੋਇਨ ਫੜੀ ਗਈ ਸੀ ਜਿਸ ਤੋਂ ਬਾਅਦ ਪੁੱਛਗਿੱਛ ਦੌਰਾਨ ਅੰਮ੍ਰਿਤਸਰ 'ਚ ਅਕਾਲੀ ਆਗੂ ਦੀ ਕੋਠੀ 'ਚ ਚੱਲ ਰਹੀ ਡਰੱਗ ਫੈਕਟਰੀ ਦਾ ਖੁਲਾਸਾ ਹੋਇਆ ਸੀ ਜਿੱਥੋਂ ਪੁਲਿਸ ਨੇ 188 ਕਿਲੋ ਤੋਂ ਵੱਧ ਹੈਰੋਇਨ ਸਮੇਤ 4 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਸੇ ਮਾਮਲੇ 'ਚ ਅਕਾਲੀ ਆਗੂ ਦੀ ਕੋਠੀ 'ਤੇ ਕਾਂਗਰਸੀ ਕੌਂਸਲਰ ਦੇ ਬੇਟੇ ਦਾ ਨਾਮ ਆਉਣ ਤੋਂ ਬਾਅਦ ਵਿਰੋਧੀ ਦੋਵਾਂ ਧਿਰਾਂ ਨੂੰ ਨਿਸ਼ਾਨੇ 'ਤੇ ਲੈ ਰਹੇ ਨੇ। ਚੰਡੀਗੜ੍ਹ ਤੋਂ ਰਵਿੰਦਰ ਮੀਤ, ਦੈਨਿਕ ਸਵੇਰਾ ਟੀਵੀ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ। ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, ਪੀਆਰ, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।